ਬਠਿੰਡਾ ਦੇ ਬੀਬੀ ਵਾਲਾ ਚੌਂਕ ਨੇੜੇ ਇੱਕ ਨਿੱਜੀ ਹੋਟਲ ਦੇ ਅੰਦਰ ਹੋ ਰਹੀ ਸੀ ਕਬੱਡੀ ਐਸੋਸੀਏਸ਼ਨ ਦੀ ਚੋਣ, ਤਾਂ ਉਸ ਮੌਕੇ ਹੋਇਆ ਹੰਗਾਮਾ ਹੋ ਗਏ ਹੱਥੋਂ ਪਾਈ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਇੱਥੇ ਮੌਜੂਦਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਧੱਕਾ। ਸੋਮਵਾਰ ਨੂੰ 11 ਵਜੇ ਦੇ ਲਗਭਗ ਬਠਿੰਡਾ ਦੇ ਬੀਬੀ ਵਾਲਾ ਚੌਂਕ ਦੇ ਨੇੜੇ ਇੱਕ ਨਿੱਜੀ ਹੋਟਲ ਦੇ ਅੰਦਰ ਕਬੱਡੀ ਐਸੋਸੀਏਸ਼ਨ ਦੀ ਚੋਣ ਸਮੇਂ ਹੰਗਾਮਾ ਹੋ ਗਿਆ ਅਤੇ ਹੱਥੋਂ ਪਾਈ ਤੱਕ ਮਾਮਲਾ ਪਹੁੰਚ ਗਿਆ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਵੀ ਪਹੁੰਚੇ ਹੋਏ ਸਨ ਅਤੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ। ਹਲੇ ਕੋਈ ਪਤਾ ਨਹੀਂ ਕੀ ਹੋਣਾ ਇਸ ਸਮੁੱਚੀ ਪ੍ਰਕਿਰਿਆ ਦਾ, ਤਾਂ ਪਤਾ ਨਹੀਂ ਵੀ ਕੀ ਅੰਤ ਹੋਣਾ। ਵੈਸੇ ਬੰਦੇ ਤੁਹਾਨੂੰ ਸਾਰੇ ਇੱਥੇ ਦਿਖਾਈ ਦਿੱਤੇ ਆ ਬੈਠੇ, 46 ਟੋਟਲ ਵੋਟਾਂ ਨੇ, 44 ਹਾਜ਼ਰ ਨੇ ਜਿਹੜਾ ਚੋਣ ਕਰਾਉਣ ਨੂੰ ਤਿਆਰ ਬੈਠੇ ਨੇ ਸਾਰੇ। ਅਤੇ 2 ਓਬਜ਼ਰਵਰ ਆਉਂਦੇ ਹੁੰਦੇ ਆ, ਇੱਕ ਸਪੋਰਟਸ ਡਿਪਾਰਟਮੈਂਟ ਵੱਲੋਂ ਆਉਂਦਾ ਹੁੰਦਾ, ਇੱਕ ਆਉਂਦਾ ਹੁੰਦਾ ਓਲੰਪਿਕ ਐਸੋਸੀਏਸ਼ਨ ਵੱਲੋਂ। ਉਹਨਾਂ ਨੂੰ ਦੋਨਾਂ ਨੂੰ ਮੈਨੂੰ ਲੱਗਦਾ ਸਰਕਾਰ ਨੇ ਆਪਦੇ ਉੱਥੇ ਬੁਲਾ ਲਿਆ ਕਚਹਿਰੀਆਂ 'ਚ। ਉਹ ਜਿੰਨਾ ਚਿਰ ਉਹ ਆਉਂਦੇ ਨਹੀਂ ਉਹਨਾਂ ਚਿਰ ਚੋਣ ਦੀ ਪ੍ਰਕਿਰਿਆ ਜਿਹੜੀ ਉਹ ਅੱਗੇ ਨਹੀਂ ਚੱਲਦੀ। ਹੁਣ ਜਿਹੜਾ ਰਿਟਰਨਿੰਗ ਅਫਸਰ ਹੈ ਉਹਨੂੰ ਵੀ ਮੈਨੂੰ ਲੱਗਦਾ ਡੀਸੀ ਸਾਹਿਬ ਨੇ ਬੁਲਾਇਆ, ਤਹਿਸੀਲਦਾਰ ਸਾਹਿਬ ਨੇ ਸੁਨੇਹਾ ਦਿੱਤਾ ਆ ਕੇ ਉਹਨਾਂ ਕੋਲ ਗਏ ਆ ਰਾਏ ਮਸ਼ਵਰਾ ਕਰਨ ਲਈ ਕੀ ਕਰੀਏ ਕਿ ਜ਼ਿਆਦਾ ਹਾਲਾਤ ਤਾਂ ਉਹਨਾਂ ਦੇ ਇਹੀ ਲੱਗਦੇ ਆ। ਜਿਸ ਤਰ੍ਹਾਂ ਸ਼ਾਂਤੀਪੂਰਵਕ ਕਰ ਰਿਹਾ ਸੀ, ਅਚਾਨਕ ਜਿਹੜਾ ਕੁਛ ਵਾਪਰ ਰਿਹਾ ਉਹ ਕਿਵੇਂ ਦੇਖਦੇ? ਵੈਸੇ ਡੈਮੋਕ੍ਰੇਸੀ ਵਾਸਤੇ ਗੱਲਾਂ ਬਹੁਤ ਮਾੜੀਆਂ ਵੀ ਧੱਕੇ ਨਾ ਬਣਨਾ, ਵੋਟਾਂ ਨਾ ਬਣ ਜਾਓ, ਕੋਈ ਹਰ ਚੀਜ਼ ਹਰ ਇੱਕ ਦਾ ਹੱਕ ਹੈ, ਚੋਣ ਲੜਨਾ ਹੱਕ ਹੈ, ਬਣਨਾ ਹੱਕ ਹੈ, ਸਾਰੀਆਂ ਗੱਲਾਂ ਉਹ ਠੀਕ ਹੁੰਦੀਆਂ ਨੇ। ਪਰ ਜੇ ਤੁਹਾਡੇ ਕੋਲ ਵੋਟਾਂ ਹੈ ਨਹੀਂ ਫਿਰ ਬਹਿ ਕੇ ਕੋਈ ਐਡਜਸਟਮੈਂਟ ਕਰ ਲਓ ਵੀ ਇੱਕ ਅੱਧਾ ਉਹਦਾ ਸਾਨੂੰ ਦੇ ਦਿਓ, ਉਹ ਚੱਲ ਜਾਂਦੀ ਹੁੰਦੀ ਹੈ ਗੱਲ, ਬੈਠ ਕੇ ਹੋ ਜਾਂਦਾ ਹੁੰਦਾ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਜੇ ਕੋਈ ਹੁਣ ਧੱਕੇ ਨਾ ਵੀ ਮੈਂ ਬਣਨਾ ਹੈ, ਉਹ ਗਲਤ ਹੁੰਦਾ ਸਿਸਟਮ, ਉਹ ਤੁਹਾਡੇ ਸਾਹਮਣੇ ਹੋਇਆ ਸਾਰਾ। ਤੁਸੀਂ 4-5 ਵਾਰ ਪ੍ਰਧਾਨ ਰਹੇ ਹੋ ਐਸੋਸੀਏਸ਼ਨ ਦੇ, ਇਹ ਹਾਲਾਤ ਪਹਿਲਾਂ ਕਦੇ ਨਹੀਂ? ਕਦੇ ਨਹੀਂ ਹੋਏ। ਮੈਂ ਰਿਹਾ, ਮੈਂ ਇੱਥੋਂ ਪਹਿਲਾਂ ਬਲਬੀਰ ਸਿੰਘ ਹੁੰਦਾ ਸੀ, ਉਦੋਂ ਮੈਂ ਸੀਨੀਅਰ ਮੀਤ ਪ੍ਰਧਾਨ ਹੁੰਦਾ ਸੀ ਜਲੰਧਰ ਤੋਂ, ਸੀ ਬਲਬੀਰ ਸਿੰਘ ਸਰਦਾਰ ਸਵਰਨ ਸਿੰਘ ਦੇ ਭਤੀਜੇ। ਉਦੋਂ ਵੀ ਕਦੇ ਨਹੀਂ ਹੋਇਆ ਸੀ, ਸਰਬਸੰਮਤੀ ਨਹੀਂ ਹੁੰਦੀ ਹੁੰਦੀ ਸੀ। ਐਂ ਰਾਜ ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਅਕਾਲੀਆਂ ਦਾ ਹੋਵੇ, ਕੋਈ ਪ੍ਰਧਾਨ ਬਣੇ ਕੋਈ ਕੁਛ ਬਣੇ, ਉਹ ਚੋਣ ਸਰਬਸੰਮਤੀ ਨੇ। ਖੇਡਾਂ ਦੇ ਵਿੱਚ ਕੁਛ ਤੁਹਾਨੂੰ ਕਿਵੇਂ ਲੱਗਦਾ? ਨਹੀਂ, ਚੰਗਾ ਨਹੀਂ ਹੈਗਾ ਖੇਡਾਂ ਵਾਸਤੇ, ਕੰਮ ਚੰਗਾ ਨਹੀਂ ਹੈਗਾ, ਬਹੁਤ ਮਾੜੀ ਗੱਲ ਹੈਗੀ ਖੇਡਾਂ ਵਾਸਤੇ। ਜਿਸ ਤਰ੍ਹਾਂ ਜਿਹੜੇ ਲੋਕਾਂ ਦੇ ਵਿੱਚ ਬੜੇ ਸੀਗੇ 2 ਜਣੇ, ਉਹਨਾਂ ਦੇ ਇੱਕ ਪੁਲਿਸ ਮੁਲਾਜ਼ਮ ਦੱਸਦੇ ਆ ਵੀ ਕੋਈ ਮਾਨਸਾ ਦਾ ਪੁਲਿਸ ਮੁਲਾਜ਼ਮ ਸੀਗਾ, ਉਹ ਦੱਸਦੇ ਨੇ। ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਰਿਹਾ ਜਿਸ ਤਰ੍ਹਾਂ ਚੋਣ ਸ਼ੁਰੂ ਹੋਈ ਸੀ, ਸਾਰੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ? ਨਹੀਂ, ਪ੍ਰਸ਼ਾਸਨ ਦੇ ਜਿਹੜਾ ਰੌਲਾ ਰੱਪਾ ਪਿਆ ਉਹ ਪ੍ਰਸ਼ਾਸਨ ਕਰਕੇ ਪਿਆ, ਨਹੀਂ ਤਾਂ ਪੈਂਦਾ ਹੀ ਨਹੀਂ ਸੀ। ਅਮਨ ਮਾਨ ਨਾਲ ਸੀ ਤਾਂ ਕਦੇ ਪੁਲਿਸ ਸੱਦੀ ਨਹੀਂ, ਕਦੇ ਵੀ ਨਹੀਂ ਸੱਦੀ, ਇੰਨੀਆਂ ਚੋਣਾਂ ਹੁੰਦੀਆਂ ਹੁੰਦੀਆਂ ਕਦੇ ਵੀ ਨਹੀਂ ਬੁਲਾਇਆ ਕਦੇ ਪੁਲਿਸ, ਆਪਦੀ ਬੈਠ ਕੇ ਕਰ ਲੈਂਦੇ, ਕਦੇ ਕੋਈ ਰੌਲਾ ਹੀ ਨਹੀਂ ਪਿਆ। ਅਗਲੀ ਰਣਨੀਤੀ ਕੀ ਹੈ ਜੀ ਫਿਰ ਐਸੋਸੀਏਸ਼ਨ ਵੱਲੋਂ? ਇਹ ਤਾਂ ਹੁਣ ਦੇਖਾਂਗੇ ਕੀ ਹੁੰਦਾ, ਜੇ ਫੈਸਲਾ ਹੋ ਗਿਆ ਉਹ ਤੋਂ ਬਾਅਦ ਹੀ ਰਣਨੀਤੀ। ਉਹ ਵੋਟਾਂ ਹੈ ਨਹੀਂ ਉਹਨਾਂ ਕੋਲ, 2 ਵੋਟਾਂ ਨੇ, 44 ਵੋਟਾਂ ਇੱਕ ਪਾਸੇ, 2 ਇੱਕ ਪਾਸੇ, ਉਹ ਸਰਕਾਰ ਦੇ ਬੰਦੇ ਨੇ। ਤੁਹਾਡੇ ਸਾਹਮਣੇ ਸਾਰਿਆਂ ਨੇ ਦੇਖਿਆ, ਕੈਮਰਿਆਂ ਵਿੱਚ ਕੈਦ ਹੈ, ਇਹ ਤੁਹਾਨੂੰ ਡਿਸਕਲੋਜ਼ ਕਰ ਦਿਆਂਗੇ, ਕਿਹੜਾ ਥੋੜਾ ਜਿਹਾ ਪ੍ਰੋਸੈਸ ਟੱਪ ਲੈਣ ਦੇ, ਆਈਡੈਂਟੀਫਾਈਡ ਬੰਦੇ ਆ, ਫੋਟੋਆਂ ਆਈਆਂ ਹੋਈਆਂ। ਓਲੰਪਿਕ ਐਸੋਸੀਏਸ਼ਨ ਨੇ ਅਬਜ਼ਰਵਰ ਲਾਇਆ, ਹੋਰ ਪਰਮਿਸ਼ਨ ਕੀ ਹੁੰਦੀ ਹੈ ਜੀ? ਜੇ ਪਰਮਿਸ਼ਨ ਨਹੀਂ ਸੀ ਤਾਂ ਉਹਨਾਂ ਨੇ ਅਬਜ਼ਰਵਰ ਕਿਵੇਂ ਲਾਤੇ? ਕੀ ਮੰਗ ਕੀ ਹੈ ਤੁਹਾਡੀ ਹੁਣ? ਸਾਫ਼ ਸੁਥਰਾ ਢੰਗ ਨਾਲ ਇਹ ਚੋਣ ਹੋਣੀ ਚਾਹੀਦੀ ਹੈ, ਜੋ ਜਮਹੂਰੀਅਤ, ਦੇਖੋ ਆਪਣੇ ਬਜ਼ੁਰਗਾਂ ਨੇ ਸ਼ਹਾਦਤ ਦੇ ਕੇ ਆਜ਼ਾਦੀ ਲਈ ਹੈ, ਉਸ ਆਜ਼ਾਦੀ ਦੇ ਵੋਟ ਦੇ ਅਧਿਕਾਰ ਨੂੰ ਜੇ ਆਪਾਂ ਖੋਵਾਂਗੇ ਤਾਂ ਬਹੁਤ ਮਾੜੀ ਗੱਲ ਹੈ। ਜੇ ਆਪਾਂ ਖੇਡਾਂ ਵਿੱਚ ਇਸ ਤਰ੍ਹਾਂ ਦਾ ਕੰਮ ਕਰਾਂਗੇ
ਤਾਂ ਮੈਂ ਸਮਝਦਾ ਬਹੁਤ ਮੰਦਭਾਗ ਹੈ। ਮੇਰੀ ਸਾਰਿਆਂ ਦੇ ਬੁਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤਰ੍ਹਾਂ ਦਾ ਮਾਹੌਲ ਨਾ ਬਣਾਈਏ, ਆਪਾਂ ਕਬਜ਼ੇ ਦੀ ਭਾਵਨਾ ਛੱਡੀਏ, ਆਪਾਂ ਦਿਲ ਜਿੱਤਣ ਵਾਲੀ ਭਾਵਨਾ ਕਰੀਏ। ਤੁਸੀਂ ਦਿਲ ਜਿੱਤਣ ਦੀ ਗੱਲ ਕੀਤੀ ਹੈ, ਐਡੀ ਫੋਰਸ ਲਾਈ ਗਈ ਹੈ, ਤੁਹਾਨੂੰ ਕੀ ਲੱਗਦਾ? ਇੱਕ 50 ਮੈਂਬਰ ਨੇ ਸਿਰਫ, 46 46 ਹਾਂਜੀ ਹਾਂਜੀ, ਇੰਨੀ ਫੋਰਸ ਲਾਈ ਗਈ ਹੈ, ਕਬਜ਼ਾ ਕਰਨ ਦੀ ਨੀਅਤ ਹੈ? ਕਬਜ਼ਾ ਕਰਨ ਦੀ ਸਰਕਾਰ ਕਰਨਾ ਚਾਹੁੰਦੀ ਹੈ? ਸਰਕਾਰ ਉਹਨੇ ਵੀ 60-60 ਵਜਲੀ ਸੀ ਬੰਦੇ ਨੇ, ਮੇਰੇ ਕੁਛ ਨਹੀਂ ਵਜਿਆ, ਮੈਂ ਠੀਕ ਆ। ਨਹੀਂ ਕੀ ਕੌਣ ਸੀ ਬੰਦੇ, ਤੁਸੀਂ ਉੱਪਰ ਸਟੇਜ ਤੇ ਖੜੇ ਸੀਗੇ? ਕੋਈ ਜਿਹੜੀ ਕੀ ਗੱਲ ਹੋਈ ਆ ਜਿਹੜੀ ਅੱਜ ਇਲੈਕਸ਼ਨ ਇੱਥੇ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਹੋ ਰਹੀ ਸੀ, ਉਹਦੇ 'ਚ ਸਾਰਾ ਪ੍ਰੋਸੈਸ ਮੁਕੰਮਲ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਕਾਗਜ਼ਾਂ ਦੀ ਜਿਹੜੀ ਪੜਤਾਲ ਅਤੇ ਵਾਪਸੀ ਸੀ, ਅਤੇ ਉੱਥੇ ਦੇਖਿਆ ਕਿ ਜਿਹੜਾ ਸਰਕਾਰ ਦੇ ਨੁਮਾਇੰਦੇ ਨੂੰ ਦੱਸਿਆ ਕਿ ਨਹੀਂ ਸਾਡਾ ਨਹੀਂ ਬਣ ਰਿਹਾ, ਦੂਜੇ ਸਾਰੇ ਅਹੁਦੇਦਾਰ ਬਣ ਰਹੇ ਆ, ਤਾਂ ਮੈਂ ਸਮਝਦਾ ਕਿ ਇੱਕ ਬਹੁਤ ਜਿਹੜੀ ਗੈਰ ਕਾਨੂੰਨੀ ਗੁੰਡਾਗਰਦੀ ਵਾਲੀ ਗੱਲ ਆ ਕੇ ਉਹਨਾਂ ਨੂੰ ਜੀ ਤੁਸੀਂ ਗਲਤ ਕੰਮ ਕਰ ਰਹੇ ਹੈ ਜੀ ਕੀ ਕਰ ਰਹੇ ਹੈ, ਹੱਥੋਂ ਪਾਈ ਹੋ ਕੇ ਜਿਹੜੇ ਉਹ ਫਾਰਮ ਜਿਹੜੇ ਖੋਹਦੇ ਸੀ, ਕੁਛ ਖੋਹ ਕੇ ਲੈ ਗਏ, ਕੁਛ ਅਸੀਂ ਰੋਕ ਲਏ, ਸੋ ਇਹਦੀ ਅਸੀਂ ਨਿੰਦਾ ਕਰਦੇ ਹਾਂ, ਗਲਤ ਗੱਲ ਹੈ। ਸਟੇਟ ਦੇ ਵਿੱਚ ਅਮਨ ਕਾਨੂੰਨ ਦੇ ਨਾਲ ਸਾਰੀ ਗੱਲ ਹੋਣੀ ਚਾਹੀਦੀ ਹੈ, ਔਰ ਸਰਕਾਰ ਨੂੰ ਸਗਾ ਇਹੋ ਜਿਹੀ ਗੱਲ 'ਤੇ ਸਪੋਰਟ ਕਰਨਾ ਚਾਹੀਦਾ ਵੀ ਚਾਹੇ ਵੋਟਿੰਗ ਹੋਵੇ ਚਾਹੇ ਸਰਬਸੰਮਤੀ ਨਾਲ ਹੋਵੇ, ਆਹ ਤਾਂ ਪਹਿਲੀ ਵਾਰ ਦੇਖਿਆ ਵੀ ਇਸ ਤਰ੍ਹਾਂ। ਪੁਲਿਸ ਵੀ ਲੱਗੀ ਹੋਈ ਸੀ, ਲਾਦੇ ਪੁਲਿਸ ਸਪੋਰਟ ਵਾਸਤੇ ਸੀ ਜੀ ਉਹਨਾਂ ਦੇ ਵੀ, ਹਾਂ ਤੁਸੀਂ ਐਂ ਕਰ ਲਿਓ, ਅਸੀਂ ਤਾਂ ਕਰ ਨਹੀਂ ਸਕਦੇ ਵੀ ਤੁਸੀਂ ਆਹ ਚੀਜ਼ ਕਰ ਲਿਓ, ਬਸ ਅਸੀਂ ਉਹ ਤੋਂ ਬਾਅਦ ਕਹਿ ਦਾਂਗੇ ਜੀ ਕੈਂਸਲ ਕੈਂਸਲ, ਦੇਖਦੇ ਹਾਂ ਜੀ ਹੁਣ ਕੀ ਬਣਦਾ ਅੱਗੇ, ਜੋ ਵੀ ਸਾਰੇ ਮੀਟਿੰਗ ਕਰਦੇ ਹਾਂ ਵੀ ਕੀ ਕਰਨਾ ਇਸ ਤੋਂ ਬਾਅਦ। ਬਿਲਕੁਲ, ਪਹਿਲਾਂ ਵੀ ਚੋਣਾਂ ਹੁੰਦੀਆਂ ਰਹੀਆਂ, ਕਦੇ 70 ਸਾਲਾਂ 'ਚ, ਕਦੇ ਇਹ ਜਿਹਾ ਦੇਖਿਆ? ਨਾ ਬਿਲਕੁਲ ਨਹੀਂ, ਆਹ ਦੇਖਿਆ ਹੀ ਆ ਤੁਸੀਂ, ਬਹੁਤ ਬਹੁਤ ਮਾੜੀ ਗੱਲ ਹੈ ਜੀ, ਗਲਤ ਗੱਲ ਹੈ, ਵੱਡਾ ਬਦਲਾਅ ਹੋਇਆ ਲੱਗਦਾ ਕੋਈ, ਬਸ ਆਪ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ। ਚੋਣ ਹੁੰਦੀ ਹੈ ਆਰਾਮ ਨਾਲ, ਆਈ ਵਾਰ ਹੁੰਦੀ ਹੈ, 4 ਸਾਲਾਂ ਬਾਅਦ ਚੋਣ ਹੁੰਦੀ ਹੈ, ਕਦੇ ਕੋਈ ਰੌਲਾ ਨਹੀਂ ਪਿਆ, ਕਾਂਗਰਸ ਦਾ ਰਾਜ ਵੀ ਰਿਹਾ, ਅਕਾਲੀ ਦਲ ਦਾ ਰਾਜ ਵੀ ਰਿਹਾ, ਕਦੇ ਕਿਸੇ ਰਾਜ ਦੇ ਵਿੱਚ ਕਦੇ ਕੋਈ ਰੌਲਾ ਨਹੀਂ ਸੀ, ਆਰਾਮ ਨਾਲ ਚੋਣ ਜਿਹਨੂੰ ਲੋਕ ਚਾਹੁੰਦੇ ਸੀ ਹੋ ਜਾਂਦੇ ਸੀ। ਮੈਂ ਵੀ ਜਿੰਨੇ ਵਾਰੀ ਬਣਿਆ 4 ਵਾਰੀ ਸਰਬਸੰਮਤੀ ਨਾਲ ਹੀ ਬਣਿਆ, ਉਹ ਤੋਂ ਪਹਿਲਾਂ ਬਲਵੀਰ ਸਿੰਘ ਵੀ ਸਰਬਸੰਮਤੀ ਨਾਲ ਬਣਦੇ ਰਹੇ, ਸੋ ਹੁਣ ਕਿਉਂ ਪਤਾ ਨਹੀਂ ਕਿਉਂ ਸਮਝ ਨਹੀਂ ਆਈ ਵੀ ਕਿਉਂ ਇਸ ਗੱਲ ਦੇ ਵਿੱਚ ਕੋਈ ਰੌਲਾ ਜਾਂ ਕੋਈ ਗੱਲ ਹੈ, ਉਹ ਬੈਠ ਕੇ ਕੀਤੀ ਜਾ ਸਕਦੀ ਹੁੰਦੀ ਹੈ, ਕੋਈ ਐਡਜਸਟਮੈਂਟ ਕਰਨੀ ਉਹ ਵੀ ਬੈਠ ਕੇ ਕੀਤੀ ਜਾ ਸਕਦੀ ਹੁੰਦੀ ਹੈ। ਚਲੋ ਸਾਰੇ ਮੈਂਬਰ ਜਿਹੜੇ ਤੁਸੀਂ ਆਏ ਹੈ ਸਾਰਿਆਂ ਦਾ ਧੰਨਵਾਦ, ਮੈਨੂੰ ਵੀ ਤੁਸੀਂ ਸਾਰਿਆਂ ਨੇ ਬਹੁਤ ਲੰਬਾ ਸਮਾਂ ਬਹੁਤ ਸਹਿਯੋਗ ਦਿੱਤਾ, ਸਾਰੇ ਆਪਾਂ ਵਧੀਆ ਵੱਡੇ ਵੱਡੇ ਟੂਰਨਾਮੈਂਟ ਕਰਾਏ, ਕਬੱਡੀ ਦੇ ਵਰਲਡ ਕੱਪ ਕਰਾਏ, ਹੋਰ ਖੇਡਾਂ ਦੇ ਵਿੱਚ ਕਾਫੀ ਬੰਦਿਆਂ ਨੂੰ ਫਾਇਦਾ ਹੋਇਆ ਕਬੱਡੀ ਦੇ ਵਿੱਚ, ਸੋ ਤੁਹਾਡਾ ਵੀ ਸਾਰੇ ਜਿੰਨੇ ਵੀ ਤੁਸੀਂ ਪ੍ਰਧਾਨ ਦੇ ਜਨ ਸਿੱਖੀ ਆਏ ਹੈ ਤੁਹਾਡਾ ਸਾਰਿਆਂ ਦਾ, ਸਾਰੇ ਡਾਲਾ ਸਾਹਿਬ ਨੇ ਬਣਾਏ, ਸਾਰੇ ਜਿਹੜੇ ਸੀ ਤਾਂ ਰਿਟਾਇਰ ਹੋ ਗਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ, ਬਾਕੀ ਜੋ ਪ੍ਰੋਸੈਸ ਆ ਉਹ ਵੇਖਦੇ ਆ। ਚਲੋ ਕੋਈ ਗੱਲ ਨਹੀਂ, ਚੋਣ ਹੋਈ ਜਾਂਦੀ ਸੀ, ਥੋੜੀ ਪੋਰਟਸ ਲੱਗੀ ਹੋਈ ਸੀ, ਫਿਰ ਵੀ ਉੱਥੇ ਸਟੇਜ ਤੋਂ ਬੰਦਾ ਕਾਹ ਜਿੱਤੋ,
ਲੈ ਕੇ ਭੱਜ ਜਾਂਦਾ ਹੈ। ਕਾਗਜ਼ ਨਹੀਂ, ਦੇਖੋ ਇੱਕ ਪ੍ਰਾਈਵੇਟ ਐਸੋਸੀਏਸ਼ਨ ਦਾ ਕੋਈ ਚੋਣ ਦਾ ਚੱਲ ਰਿਹਾ ਹੈਗਾ ਤੇ ਆਪਦੀ ਚੋਣ ਕਰ ਰਹੇ ਨੇ ਜੀ, ਜੋ ਐਸ ਪਰ ਲਾਅ ਜਿੱਦਾਂ ਵੀ ਹੋਊਗਾ ਕਰ ਲੈਣਗੇ, ਸਾਡਾ ਉਹਦੇ ਡਾਇਰੈਕਟਲੀ ਕੋਈ ਨਹੀਂ ਕਰਦੇ ਨੇ ਸਟੇਜ ਤੇ ਬੰਦਾ ਚੜ ਕੇ ਸਟੇਜ। ਨਹੀਂ ਦੇਖੋ ਇਦਾਂ ਨਾ, ਅਸੀਂ ਆਰਗੇਨਾਈਜ਼ਰ ਨੂੰ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਤੁਸੀਂ ਆਈਡੈਂਟੀਫਾਈਡ ਬੰਦੇ ਨੇ ਤੁਸੀਂ ਆਪਦੇ ਉਹੀ ਆਈਡੈਂਟੀਫਾਈਡ ਬੰਦੇ ਅੰਦਰ ਵਾੜੋ। ਤੇ ਉਦੋਂ ਇਹ ਕਹਿੰਦੇ ਸੀਗੇ ਵੀ ਸਾਸੀ ਪੋਲਿੰਗ ਜਦੋਂ 2 ਵਜੇ ਸਾਡੀ ਪੋਲਿੰਗ ਹੋਣੀ ਅਸੀਂ ਉਦੋਂ ਕਰਾਂਗੇ, ਇਹਨਾਂ ਦੇ ਬੰਦੇ ਨੇ ਇਹਨਾਂ ਨੇ ਵਾੜੇ, ਇਹ ਜਾਣਦੇ ਨੇ ਕਿਹੜੇ ਬੰਦੇ ਆ ਰਹੇ ਨੇ ਕਿਹੜੇ ਬੰਦੇ ਨਹੀਂ ਆ ਰਹੇ।